ਬਾਣੀ ਬਿਰਲੋ ਵਿਚਾਰ ਸੀ ਜੇਕੋ ਗੁਰਮੁਖ ਹੋਏ। ਬਾਣੀ ਦੀ ਵਿਚਾਰ ਕਰਨੀ, ਬਾਣੀ ਦੀ ਕਥਾ ਕਰਨੀ ਬਹੁਤ ਵੱਡੀ ਗੁਰਮੁਖਾਂ ਦੇ ਕੇਵਲ ਹਿੱਸੇ ਆਈ ਹੈ। ਸੰਗਤ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਦਾਸ ਨੇ ਇਹ ਹਾਇਰੀ ਸੰਗਤ ਦੀ ਭਰੀ ਹੈ। ਸੋ ਪ੍ਰੇਮ ਦੇ ਨਾਲ ਜੋ ਮਾਘ ਮਹੀਨੇ ਸੱਚੇ ਪਾਤਸ਼ਾਹ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ ਰਹੇ ਨੇ, ਸਰਵਣ ਕਰਨਾ ਕਰੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਘ ਮੱਝਣ ਸੰਗਤਾ ਦੁਆਰ। ਮੱਝਣ ਨਾਮ ਖਾਲਸਾ ਜੀ ਪੁਰਬ ਦਾ ਹੋਇਆ ਕਰਦਾ ਹੈ। ਸਮੇਂ ਨੂੰ ਵੰਡਣ ਵਾਸਤੇ, ਸਮੇਂ ਦੀ ਸਹੀ ਵਰਤੋਂ ਕਰਨ ਵਾਸਤੇ ਆਪਾਂ ਸਮੇਂ ਨੂੰ ਘੰਟੇ, ਮਿੰਟਾਂ ਤੇ ਸਕਿੰਟਾਂ, ਮਹੀਨਿਆਂ, ਸਾਲਾਂ ਵਿੱਚ ਵੰਡਿਆ ਹੋਇਆ ਹੈ। ਸਾਲ ਦੀਆਂ 12 ਰਾਤਾਂ ਹੁੰਦੀਆਂ ਨੇ ਅਤੇ 12 ਮਹੀਨੇ ਸਾਲ ਦੇ ਗਿਣੇ ਗਏ ਨੇ। ਜਿਸ ਦਿਨ ਸੂਰਜ ਇੱਕ ਰਾਤ ਤੋਂ ਦੂਸਰੀ ਰਾਤ ਵਿੱਚ ਪ੍ਰਵੇਸ਼ ਕਰਦਾ ਹੈ, ਉਹਦਾ ਨਾਮ ਆਪਾਂ ਸੰਗਰਾਂਦ ਜਾਂ ਸੰਗਰਾਂਦ ਸ਼ਬਦ ਆਪਾਂ ਉਹਦੇ ਲਈ ਵਰਤਿਆ ਹੈ। ਭਾਵ ਕਿ ਪਿਛਲੇ ਮਹੀਨੇ ਵਿੱਚ ਸੂਰਜ ਇੱਕ ਰਾਸੀ ਚੋਂ ਦੂਸਰੀ ਰਾਸੀ ਵਿੱਚ ਪ੍ਰਵੇਸ਼ ਕਰਦਾ ਹੈ। ਇਸੇ ਤਰ੍ਹਾਂ ਗੁਰੂ ਕੇ ਸਿੱਖ ਦੀਆਂ 12 ਭੂਮਿਕਾਵਾਂ, 7 ਭੂਮਿਕਾਵਾਂ ਜਾਂ ਅਵਸਥਾ ਮੰਨੀਆਂ ਗਈਆਂ ਨੇ। ਗੁਰੂ ਕੇ ਸਿੱਖ ਨੇ ਹਰੇਕ ਮਹੀਨੇ ਦੇ ਅਨੁਸਾਰ ਵਿਚਾਰ ਕਰਨੀ ਹੈ। ਅੱਜ ਚੇਤ ਦਾ ਮਹੀਨਾ ਚੜਿਆ, ਨਵਾਂ ਸਾਲ ਚੜਿਆ ਹੈ। ਮੈਂ ਮਨ ਵਿੱਚ ਵਿਚਾਰ ਕਰਨੀ ਹੈ ਕਿ ਅਸੀਂ ਕਿੰਨੇ ਪਾਪ ਤੇ ਕਿੰਨੇ ਪੁੰਨ, ਕਿੰਨੇ ਪਰਉਪਕਾਰ ਪਿਛਲੇ ਮਹੀਨੇ ਵਿੱਚ ਕੀਤੇ ਨੇ। ਪਿਛਲਾ ਸਾਲ ਸਾਨੂੰ ਕਿੰਨਾ ਘਾਟੇ ਬੰਦਾ ਕਿ ਲਾਹੇਵੰਦਾ ਰਿਹਾ ਹੈ, ਕਿੰਨਾ ਕੁ ਸਿਮਰਨ ਭਜਨ ਪੂਜਾ ਪਾਠ ਪਰਮੇਸ਼ਰ ਦਾ ਅਸੀਂ ਕੀਤਾ, ਇਹ ਗੁਰੂ ਕੇ ਸਿੱਖ ਨੇ ਵਿਚਾਰ ਨਾਲ ਕਰਨੀ ਹੈ। ਸੋ ਬਾਗ ਮੱਝਣ ਸੰਗ ਸਾਧੂਆਂ। ਮੱਝਣ ਨਾਮ ਪੁਰਬ ਦਾ ਹੁੰਦਾ ਹੈ। ਪੁਰਬ ਦੇ ਉੱਪਰ ਜਾ ਕੇ ਲੋਕ ਇਸ਼ਨਾਨ ਕਰਨਾ ਮਹੱਤਵ ਜ਼ਿਆਦਾ ਸਮਝਦੇ ਨੇ। ਇੱਥੇ ਗੁਰੂ ਕੇ ਸਿੰਘਾਂ ਨੇ ਕੀ ਇਸ਼ਨਾਨ ਕਰਨਾ ਹੈ? ਮਾਘ ਮੱਝਣ ਸੰਗ ਸਾਧੂਆਂ, ਜੋ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨੀ ਹੈ, ਪਰਮੇਸ਼ਰ ਦੇ ਪਿਆਰਿਆਂ ਦੀ ਜੋ ਭਾਵ ਭਗਤੀ ਵਿੱਚ ਜੁੜਨ ਵਾਲਿਆਂ ਦੀ ਸੰਗਤ ਦੇ ਨਾਲ ਮਿਲ ਕੇ ਗੁਰੂ ਕਾ ਕੀਰਤਨ ਕਰਨਾ ਹੈ, ਜੋ ਭਗਤੀ ਕਰਨੀ ਹੈ, ਗੁਰੂ ਕੇ ਸਿੰਘਾਂ ਦਾ ਸਭ ਤੋਂ ਵੱਡਾ ਪੁਰਬ ਇਹ ਹੈ। ਗੁਰੂ ਕੇ ਸਿੱਖਾਂ ਦਾ ਸਭ ਤੋਂ ਵੱਡਾ ਤੀਰਥ ਇਹ ਹੈ। ਗੁਰੂ ਕੇ ਸਿੱਖਾਂ ਦਾ ਸਭ ਤੋਂ ਵੱਡਾ ਪੁੰਨ ਅਤੇ ਸਭ ਤੋਂ ਵੱਡਾ ਫਲ ਇਸ ਗੱਲ ਦੇ ਵਿੱਚ ਹੈ ਕਿ ਗੁਰੂ ਕੇ ਸਿੰਘ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਮਿਲ ਕੇ ਸਾਧ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ, ਸਾਧ ਜਿਨ੍ਹਾਂ ਨੇ ਆਪਣੇ ਮਨ ਨੂੰ ਵਸਕਾਰ ਕੀਤਾ ਹੋਇਆ ਹੈ, ਜਿਨ੍ਹਾਂ ਬਾਰੇ ਬਚਨ ਆਉਂਦੇ ਨੇ, ਜਿਹਨਾਂ ਸਾਸ ਕਿਰਾਸਨਾ ਵਿਸਰਾ ਹੈ, ਹਰ ਨਾਮਾ ਮਨ ਮੰਤ ਧਨ ਤੇ ਨਾਨਕਾ ਪੂਰਨ ਸੋਈ ਸੰਤ, ਜਿਹਨਾਂ ਨੂੰ ਸਵਾਸ ਕਿਰਾਸ ਦੇ ਨਾਲ ਪਰਮੇਸ਼ਰ ਦਾ ਨਾਮ ਨਾ ਵਿਸਰੇ, ਉਹਦਾ ਅਸਲੀ ਨਾਮ ਸੰਤ ਹੈ। ਸੋ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਜੋ ਪਰਮੇਸ਼ਰ ਦਾ ਕੀਰਤਨ ਕਰਨਾ ਹੈ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਭਰੀਆ, ਅਵਰ ਕਾਜ ਤਰਕ ਤਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੋ ਗੁਰੂ ਕੀ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦਾ ਨਾਮ ਜਪਣਾ ਹੈ, ਜੋ ਗੁਰੂ ਕੀ ਬਾਣੀ ਦਾ ਉੱਚੀ ਧੁਨ ਵਿੱਚ ਆਣ ਕੇ ਰਲ ਮਿਲ ਕੇ ਕੀਰਤਨ ਕਰਨਾ, ਪਰਮੇਸ਼ਰ ਦਾ ਜਸ ਕਰਨਾ, ਮਹਿਮਾ ਕਰਨੀ ਹੈ, ਬੇਨਤੀਆਂ ਕਰਨੀਆਂ, ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਵੀ ਆਪਣੇ ਜਿਸ ਤਰ੍ਹਾਂ ਬਾਹਰੀ ਇਸ਼ਨਾਨ ਅਸੀਂ ਕਰਦੇ ਹਾਂ, ਇਸੇ ਤਰ੍ਹਾਂ ਅੰਤਰਗਤ ਤੀਰਥ ਮਲ ਨਹਾਓ, ਅੰਤਰ ਆਤਮ ਇਸ਼ਨਾਨ ਕਰਕੇ ਸੱਚੇ ਪਾਤਸ਼ਾਹ ਅਸੀਂ ਸ਼ੁੱਧ ਹੋਈਏ, ਸਾਡੀ ਆਤਮਾ ਪਵਿੱਤਰ ਹੋਵੇ। ਇਹ ਗੁਰੂ ਕੇ ਸਿੱਖਾਂ ਨੂੰ ਬੇਨਤੀਆਂ ਕਰਨੀਆਂ ਨੇ। ਸਭ ਤੋਂ ਵੱਡਾ ਗੁਰੂ ਕੇ ਸਿੱਖਾਂ ਦਾ ਪੁਰਬ ਦਾ ਇਸ਼ਨਾਨ ਇਹ ਹੈ ਕਿ ਜੋ ਸਾਧੂ ਨੇ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਹੈ। ਇਸ਼ਨਾਨ 4-5 ਪ੍ਰਕਾਰ ਦਾ ਇਸ਼ਨਾਨ ਖਾਲਸਾ ਜੀ ਗਿਣਿਆ ਗਿਆ ਹੈ। ਇੱਕ ਤਾਂ ਹੈ ਜਿਸ ਤਰ੍ਹਾਂ ਆਪਾਂ ਸੁਧੇ ਸਿੱਧ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਾਂ, ਇੱਕ ਸਣੇ ਕੇਸੀ ਇਸ਼ਨਾਨ ਜਿਨ੍ਹਾਂ ਗੁਰਮੁਖ ਪਿਆਰਿਆਂ ਉੱਪਰ ਪਰਮੇਸ਼ਰ ਦੀ ਬਹੁਤ ਜ਼ਿਆਦਾ ਕਿਰਪਾ, ਉਹ ਅੰਮ੍ਰਿਤ ਵੇਲੇ ਰੋਜ਼ ਉੱਠ ਕੇ ਕਰਦੇ ਨੇ। ਤੀਸਰੀ ਪ੍ਰਕਾਰ ਦਾ ਇਸ਼ਨਾਨ ਜੋ ਸਣ ਕੱਪੜੀ ਇਸ਼ਨਾਨ, ਕਈਆਂ ਤੀਰਥਾਂ ਦੇ ਉੱਪਰ ਲਿਖਿਆ ਹੁੰਦਾ ਕਿ ਇੱਥੇ ਸਣ ਕੱਪੜੀ ਇਸ਼ਨਾਨ ਕਰਨ ਦੇ ਨਾਲ ਤੁਹਾਡੇ ਘਰ 'ਚ ਔਲਾਦ ਪੈਦਾ ਹੋਵੇਗੀ, ਆਮ ਤੌਰ 'ਤੇ ਇਹ ਵਹਿਮ ਵੀ ਪਾਇਆ ਜਾਂਦਾ ਹੈ। ਚੌਥੀ ਪ੍ਰਕਾਰ ਦਾ ਜੋ ਇਸ਼ਨਾਨ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਜੋ ਪਰਮੇਸ਼ਰ ਦੇ ਪਿਆਰਿਆਂ ਦੇ ਦਾਸਾਂ ਦੀ ਜੋ ਸੰਗਤ ਵਿੱਚ ਜਾ ਕੇ ਸਰਵਣ ਕਰਨਾ, ਕੀਰਤਨ ਕਰਨਾ, ਉਹ ਵੀ ਇੱਕ ਪ੍ਰਕਾਰ ਦਾ ਇਸ਼ਨਾਨ ਹੈ। ਅਤੇ ਚੌਥੀ ਪ੍ਰਕਾਰ ਦਾ ਇਸ਼ਨਾਨ ਹੈ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਇੱਥੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਉਂਦੇ ਨੇ, ਧੂੜੀ ਕਰ ਇਸ਼ਨਾਨ। ਹੁਣ ਧੂੜੀ ਦਾ ਅਤੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਅੰਤਰ ਹੈ, ਕਿਉਂਕਿ ਧੂੜੀ ਦੇ ਵਿੱਚ ਸਥੂਲ ਚੀਜ਼ਾਂ ਆਉਣੀਆਂ ਨੇ ਅਤੇ ਇਸ਼ਨਾਨ ਦੇ ਵਿੱਚ ਸੂਖਮ ਚੀਜ਼ਾਂ ਆਉਣੀਆਂ ਨੇ।
ਪਰ ਇਸ਼ਨਾਨ ਗੁਰੂ ਕੇ ਸਿੱਖ ਨੇ ਕੀ ਕਰਨਾ ਧੂੜੀ ਦੇ ਵਿੱਚ, ਜੋ ਗੁਰੂ ਕੀ ਸੰਗਤ ਦੇ ਆਣ ਕੇ ਸੇਵਾ ਕਰਨੀ ਹੈ। ਗੁਰੂ ਕੀ ਸੰਗਤ ਦੀ ਆਣ ਕੇ ਦਰੀਆਂ ਝਾੜਨੀਆਂ ਨੇ, ਜੋੜੇ ਝਾੜਨੇ ਨੇ। ਇਹ ਧੂੜੀ ਕਰ ਇਸ਼ਨਾਨ, ਇਹ ਧੂੜੀ ਦੇ ਨਾਲ ਇਸ਼ਨਾਨ ਕਰਨ ਦੇ ਬਰਾਬਰ ਹੈ। ਔਰ ਇਹਦੇ ਨਾਲ ਜਿੰਨੇ ਵੀ ਕੀਤੇ ਹੋਣ ਪਾਪ, ਜਿੰਨੇ ਵੀ ਕੀਤੇ ਹੋਣ ਮਾੜੇ ਕਰਮ, ਜੇ ਨਿਮਰਤਾ ਦੇ ਨਾਲ ਸਰਦਾ ਭਾਵਨਾ ਦੇ ਨਾਲ ਸੇਵਾ ਕਰੇਗਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹ ਪਾਪ ਤੇ ਉਹਦੇ ਜੋ ਜਿੰਨੇ ਵੀ ਕੀਤੇ ਗੁਨਾਹ ਨੇ ਉਹ ਦੂਰ ਕਰਨਗੇ। ਸੋ ਫਿਰ ਸੇਵਾ ਕਰੇਗਾ ਹੱਥ ਪੈਰ ਹੋਰ ਨਿਹੁਲ ਕਰਨੀ, ਸੇਵਾ ਤੋਂ ਬਿਨਾਂ ਹੱਥ ਤੇ ਪੈਰ ਆਪਣੇ ਪੂਰੇ ਸਫਲੇ ਨਹੀਂ। ਦਸੋ ਪਾਤਸ਼ਾਹ ਮਹਾਰਾਜ ਸਾਹਿਬ ਇੱਕ ਦਿਨ ਦੀਵਾਨ ਤੇ ਜਾਏ ਬੈਠੇ ਸਨ। ਸੱਚੇ ਪਾਤਸ਼ਾਹ ਨੇ ਕੌਤਕ ਵਰਤਾਇਆ, ਗੁਰੂ ਕੇ ਸਿੰਘਾਂ ਨੂੰ ਹੁਕਮ ਕੀਤਾ ਕਿ ਕੋਈ ਜਲ ਦਾ ਗਲਾਸ ਲਿਆ ਕੇ ਛਕਾਓ। ਬਹੁਤ ਵੱਡੇ ਅਮੀਰ ਘਰਾਣੇ ਦਾ ਇੱਕ ਸਿੱਖ ਉੱਠਿਆ, ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਜਲ ਲੈ ਕੇ ਹਾਜ਼ਰ ਹੋਇਆ। ਸੱਚੇ ਪਾਤਸ਼ਾਹ ਨੇ ਉਹ ਭਰਿਆ ਖਾਲਸਾ ਜੀ ਜਲ ਦਾ ਕਟੋਰਾ ਡੋਲ ਦਿੱਤਾ ਸੀ। ਕਿਉਂ ਡੋਲਿਆ ਸੀ? ਕਿਉਂਕਿ ਹੁਕਮ ਕੀਤਾ ਸੱਚੇ ਪਾਤਸ਼ਾਹ ਜੀ ਨੇ ਕਿ ਭਾਈ ਜਿਨ੍ਹਾਂ ਹੱਥਾਂ ਦੇ ਨਾਲ ਕਦੇ ਗੁਰੂ ਕੀ ਸੰਗਤ ਦੀ ਸੇਵਾ ਨਹੀਂ ਕੀਤੀ, ਜਿਨ੍ਹਾਂ ਹੱਥਾਂ ਦੇ ਨਾਲ ਕਦੇ ਪਰਉਪਕਾਰ ਨਹੀਂ ਕੀਤਾ, ਜਿਨ੍ਹਾਂ ਹੱਥਾਂ ਦੇ ਨਾਲ ਕਦੇ ਗੁਰੂ ਕੀ ਸੰਗਤ ਵਿੱਚ ਜਾ ਕੇ ਲੰਗਰ ਨਹੀਂ ਪਕਾਇਆ, ਲੰਗਰ ਵਰਤਾਇਆ ਨਹੀਂ, ਗੁਰੂ ਕੀ ਸੰਗਤ ਦੇ ਜੋੜੇ ਨਹੀਂ ਝਾੜੇ, ਉਹ ਹੱਥ ਪਾਈ ਅਪਵਿੱਤਰ ਨੇ, ਕਦੇ ਪਵਿੱਤਰ ਨਹੀਂ ਹੋ ਸਕਦੇ। ਇਸ ਵਾਸਤੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਧੂਰੀ ਕਰ ਇਸ਼ਨਾਨ, ਗੁਰੂ ਕੀ ਸਾਧ ਸੰਗਤ ਵਿੱਚ ਜਾ ਕੇ ਤੱਪੜ ਝਾੜਨੇ ਨੇ, ਜੋੜੇ ਆਦਿ ਝਾੜਨੇ ਨੇ, ਇਹ ਧੂੜੀ ਦੇ ਵਿੱਚ ਇਸ਼ਨਾਨ ਕਰਨ ਦੇ ਬਰਾਬਰ ਹੈ। ਮਾਘ ਮੱਝਣ ਸੰਗ ਸਾਧੂਆਂ, ਸਾਧੂਆਂ ਦੇ ਬਾਰੇ ਦਾਸ ਇੱਕ ਬੇਨਤੀ ਕਰੇ। ਬੇਅੰਤ ਦੇਸ਼ਾਂ ਦੇ ਵਿੱਚ ਕੌਮਾਂ ਦੇ ਵਿੱਚ ਸਾਧੂ ਹੋਏ ਹੋਣਗੇ, ਪਰ ਇੱਕ ਦੇਸ਼ ਆਪਣੇ ਦੇ ਵਿੱਚ ਸਾਧੂ ਇਹੋ ਜਿਹੇ ਵੀ ਹੋਏ ਨੇ ਖਾਲਸਾ ਜੀ, ਜਿਨ੍ਹਾਂ ਦੇ ਬਾਰੇ ਸਾਖੀ ਸੁਣ ਕੇ ਮਨ ਚ ਹੈਰਾਨੀ ਆਉਂਦੀ ਹੈ। ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ, ਭਾਈ ਗੁਰਦਾਸ ਸਾਹਿਬ ਨੇ ਇਹ ਪ੍ਰਸੰਗ ਲਿਖਿਆ। ਮਹਾਂਪੁਰਖ ਅਚਾਨ ਚੱਕ ਗਨਕਾ ਦੁਆਰੇ ਜਾਏ ਖਲੋਤਾ, ਅੱਗੇ ਪੰਕਤੀ ਆਉਂਦੀ ਹੈ ਦੁਰਮਤ ਦੇਖ ਦਇਆਲ ਹੋਏ। ਜਿੰਨੇ ਵੀ ਅੱਜ ਤੱਕ ਸਾਧੂ ਸੁਣੇ ਹੋਣਗੇ ਉਹਨਾਂ ਦੇ ਬਾਰੇ ਆਮ ਪ੍ਰਸਿੱਧ ਹੋਵੇਗਾ, ਫਲਾਂ ਵਿਅਕਤੀ ਨੇ ਉਹਨਾਂ ਨੇ ਸੇਵਾ ਕੀਤੀ ਉਹਦੇ ਉੱਪਰ ਕਿਰਪਾ ਹੋਈ, ਫਲਾਂ ਵਿਅਕਤੀ ਨੇ ਉਹਨਾਂ ਨੇ ਆਹ ਸੇਵਾ ਕੀਤੀ ਉਹਨੂੰ ਸਾਧੂ ਨੇ ਆਹ ਵਰ ਦਿੱਤਾ। ਪਰ ਧੰਨ ਗੁਰੂ ਕੇ ਪਿਆਰੇ ਜਿਹੜੇ ਪਰ ਉਪਕਾਰ ਨਿਤ ਚਿਤਵ ਤੇ ਨਾ ਹੀ ਕਸ਼ ਬੋਝ, ਜਿਹਨਾਂ ਗੁਰੂ ਕੇ ਸਿੱਖਾਂ ਦਾ ਕੰਮ ਹੀ ਕੇਵਲ ਪਰ ਉਪਕਾਰ ਭਲਾਈ ਤੇ ਨੇਕੀ ਕਰਨਾ ਹੈ, ਉਹ ਦੁਰਮਤ ਦੇਖ ਦਿਆਲ ਹੋਏ। ਗਨਕਾ ਪਾਪਣ ਦੇ ਪਾਪ ਵੇਖ ਕੇ ਸਾਧੂ ਮਹਾਤਮਾ ਜੀ ਦਿਆਲ ਹੋਏ ਸਨ। ਇਹ ਸਾਧੂ ਮਹਾਤਮਾ ਨੂੰ ਬਖਸ਼ਿਸ਼ ਹੈ, ਸਾਧੂ ਮਹਾਤਮਾ ਦੇ ਉੱਪਰ ਕਿਰਪਾ ਹੈ। ਇਸ ਵਾਸਤੇ ਸਾਧੂ ਨੇ ਸੰਗਤ ਕਰਨ ਵਾਸਤੇ ਹੁਕਮ ਕੀਤਾ ਗਿਆ ਹੈ। ਸੋ ਧੂੜੀ ਕਰ ਇਸ਼ਨਾਨ, ਜੋ ਗੁਰੂ ਕੀ ਸੰਗਤ ਵਿੱਚ ਆਣ ਕੇ ਸੇਵਾ ਕਰਨੀ ਹੈ, ਜੋ ਧੂੜੀ ਵਿੱਚ ਆਣ ਕੇ ਇਸ਼ਨਾਨ ਕਰਨਾ, ਤੱਪੜ ਆਦਿ ਝਾੜਨੇ ਨੇ, ਇਹ ਵੀ ਗੁਰੂ ਕੇ ਸਿੱਖੋ ਸਭ ਤੋਂ ਵੱਡਾ ਇਸ਼ਨਾਨ ਤੁਹਾਡੇ ਵਾਸਤੇ ਹੈ। ਹਰ ਕਾ ਨਾਮ ਧਿਆਏ ਸੁਣ, ਹੋਰ ਸੱਚੇ ਪਾਤਸ਼ਾਹ ਸੀ ਮਾਘ ਮਹੀਨੇ ਵਿੱਚ ਕੀ ਕਰਿਆ ਕਰੇ ਤਾਂ ਕਹਿੰਦੇ ਨੇ ਹਰ ਕਾ ਨਾਮ ਧਿਆਏ, ਗੁਰੂ ਕੇ ਸਿੱਖਾ ਗੁਰੂ ਕੀ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਧਿਆਇਆ ਕਰ। ਕਿਉਂਕਿ ਜਿੰਨਾ ਚਿਰ ਤੱਕ ਉਹ ਧਿਆਵੇ ਨਹੀਂ, ਯਾਦ ਕਰੇ ਨਾ, ਉਹਨਾਂ ਚਿਰ ਤੱਕ ਉਹਨੂੰ ਪ੍ਰਾਪਤੀ ਨਹੀਂ ਹੋ ਸਕਦੀ। ਧਿਆਉਣਾ ਕਿਵੇਂ ਖਾਲਸਾ ਜੀ? ਸਭ ਤੋਂ ਪਹਿਲਾਂ ਤੇ ਸਾਨੂੰ ਲੋੜ ਹੈ ਅਸੀਂ ਨਾਮ ਲੈਣਾ ਕਿਵੇਂ ਹੈ, ਤਾਂ ਹੀ ਆਪਾਂ ਧਿਆਵਾਂਗੇ। ਔਰ ਨਾਮ ਲੈਣ ਦਾ ਤਰੀਕਾ ਸਭ ਤੋਂ ਸੌਖਾ ਦੱਸੋ, ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪਾਂ ਨੂੰ ਬਖਸ਼ਿਆ ਹੈ, ਜੋ ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਚੱਕ ਕੇ ਜੋ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪ ਪ੍ਰਪਾਟੀ ਚਲਾਈ ਸੀ। ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਚੱਕ ਕੇ ਜੋ ਗੁਰਮੰਤਰ ਦੀ ਪ੍ਰਾਪਤੀ ਕਰਨੀ ਹੈ, ਸਭ ਤੋਂ ਪਹਿਲੇ ਗੁਰੂ ਕੇ ਸਿੱਖ ਵਾਸਤੇ ਇਹ ਜ਼ਰੂਰੀ ਕਰਮ ਹੈ। ਉਸ ਤੋਂ ਬਾਅਦ ਉਸ ਵਾਹਿਗੁਰੂ ਮੰਤਰ ਦਾ ਅਭਿਆਸ ਦਿਨ ਰਾਤ ਸਵਾਸ ਸਵਾਸ ਦੇ ਨਾਲ ਸੁਰਤੀ ਦੇ ਨਾਲ ਧਿਆਨ ਟਿਕਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਵੱਧ ਤੋਂ ਵੱਧ ਗੁਰੂ ਕੇ ਸਿੱਖਾਂ ਹਰ ਕਾ ਨਾਮ ਧਿਆਏ, ਜੋ ਪਰਮੇਸ਼ਰ ਦਾ ਨਾਮ ਹੈ ਇਹਨੂੰ ਧਿਆਉਣਾ ਕਰ। ਪਰ ਨਾਲ ਨਾਲ ਜੇ ਧਿਆ ਨਹੀਂ ਸਕਦਾ, ਜੇ ਤੂੰ ਪੜ੍ਹ ਨਹੀਂ ਸਕਦਾ ਤਾਂ ਸੁਣ, ਸੁਣ ਦਾ ਖਾਲਸਾ ਜੀ ਬਹੁਤ ਵੱਡਾ ਮਹੱਤਵ ਹੈ। ਇਸ ਵਾਸਤੇ ਵਚਨ ਕੀਤੇ ਗਏ ਨੇ, ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਸੁਣਨ ਵਾਲੇ ਨੂੰ ਵੀ ਓਨਾ ਲਾਭ ਹੈ ਤੇ ਕਰਨ ਵਾਲੇ ਨੂੰ, ਪੜ੍ਹਨ ਵਾਲੇ ਨੂੰ ਓਨਾ ਲਾਭ ਹੈ। ਪਰ ਸੁਣਨ ਸੁਣਨ ਵਿੱਚ ਵੀ ਫਰਕ ਹੈ।
ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸ ਅੜ ਕਰ ਸਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿ ਧਿਆਨ। ਸਰਵਣ ਆਪਾਂ ਪ੍ਰਤੱਖ ਕੰਨਾਂ ਦੇ ਨਾਲ ਵੀ ਕਰਨਾ ਹੈ, ਪਰ ਨਾਲ ਨਾਲ ਜੋ ਆਪਣੇ ਅੰਦਰੂਨੀ ਕੰਨ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਬਖਸ਼ੇ ਹੋਏ ਨੇ, ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਵੀ ਆਪਾਂ ਗੁਰੂ ਕੀ ਬਾਣੀ ਸਰਵਣ ਕਰਨੀ ਹੈ, ਜੋ ਗੁਰੂ ਘਰ ਦੇ ਉੱਪਰ ਸ਼ਰਧਾ ਰੱਖਣੀ ਹੈ, ਨਿਸ਼ਚੈ ਰੱਖਣਾ, ਭਰੋਸਾ ਰੱਖਣਾ ਹੈ। ਤੂੰ ਮੇਰੀ ਮੇਰ ਪਰਬਤ ਸਵਾਮੀ, ਓਟ ਕਹੀ ਮੈਂ ਤੇਰੀ, ਨਾ ਤੂੰ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਹੋਰ ਸੱਚੇ ਪਾਤਸ਼ਾਹ ਬੇਅੰਤ ਓਟਾਂ ਵੇਖੀਆਂ, ਬੇਅੰਤ ਆਸਰੇ ਲੋਕਾਂ ਨੇ, ਹਾਕਮਾਂ ਨੇ ਵੇਖੇ ਨੇ, ਪਰ ਜਿੱਡੀ ਸੱਚੇ ਪਾਤਸ਼ਾਹ ਤੁਹਾਡਾ ਓਟ ਆਸਰਾ, ਓਟਾ ਹੋਰ ਕਿਸੇ ਦਾ ਨਹੀਂ। ਤੋਦਨੋ ਛੋੜ ਪ੍ਰਭ ਜਾਈਐ ਕੈ ਧਰ, ਆ ਨਾ ਬੀਆ ਤੇਰੀ ਸੰਸਰ, ਹੋਰ ਸੱਚੇ ਪਾਤਸ਼ਾਹ ਤੁਹਾਡੇ ਬਰਾਬਰ ਕੋਈ ਹੈ ਨਹੀਂ। ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪੜ ਕਰ ਜਾਤ ਨਾ ਸੋਹੀ, ਜਿਨ੍ਹਾਂ ਦੇ ਗੁਰੂ ਏਡੇ ਵੱਡੇ ਹੋਣ, ਜਿਨ੍ਹਾਂ ਨੇ ਸਤਿਗੁਰਾਂ ਨੇ ਆਪਣੇ ਪਰਿਵਾਰ ਕੁਰਬਾਨ ਕਰਕੇ ਬਚਨ ਕੀਤੇ ਹੋਣ, ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਅੱਜ ਉਹਨਾਂ ਨੇ ਸਿੱਖ, ਉਹਨਾਂ ਦੇ ਪੈਰੋਕਾਰ ਗੁਰੂ ਕੀ ਸਿੱਖੀ ਨੂੰ ਛੱਡ ਕੇ ਬੇਮੁਖ ਹੋਣ, ਇਹਦੋਂ ਵੱਡੀ ਕੋਈ ਭਾਗਤਾਈ ਵਾਲੀ ਗੱਲ ਨਹੀਂ ਹੋ ਸਕਦੀ। ਸੋ ਇਸ ਵਾਸਤੇ ਹਰ ਕਾ ਨਾਮ ਤੇ ਆਏ ਸੁਣ, ਗੁਰੂ ਕੇ ਸਿੱਖਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਕਰ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਤਰਨ ਆਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਸੋ ਪਰਮੇਸ਼ਰ ਦਾ ਨਾਮ ਜਪਣ ਦਾ ਕਿੰਨਾ ਕੁ ਲਾਭ ਆਪਾਂ ਨੂੰ ਪ੍ਰਾਪਤ ਹੁੰਦਾ ਹੈ। ਖਿਣ ਮਾਤਰ ਵੀ ਜੇ ਕਿਤੇ ਪਰਮੇਸ਼ਰ ਦਾ ਨਾਮ ਲਿਆ ਜਾਵੇ, ਯਾਦ ਕੀਤਾ ਜਾਵੇ, ਸਤਿਗੁਰ ਸੱਚੇ ਪਾਤਸ਼ਾਹ ਆਣ ਕੇ ਜ਼ਰੂਰ ਸਹਾਇਤਾ ਕਰਦੇ ਨੇ।